ਦੋਸਤੋ ਮੰਗਲ ਹਠੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਕੱਲ੍ਹ ਆਪਾਂ ਪੜ੍ਹ ਰਹੇ ਹਾਂ ਕਿਤਾਬ ਜੀ ਮੈਂ ਧੀ ਹਾਂ, ਅਤੇ ਇਹਦੀਆਂ ਟੋਟਲ 39 ਕਿਸ਼ਤਾਂ ਨੇ ਅਤੇ ਅੱਜ ਆਪਾਂ ਇਹਦੀ 16ਵੀਂ ਕਿਸ਼ਤ ਪੜ੍ਹਾਂਗੇ ਅਤੇ ਉਮੀਦ ਕਰਦਾ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਸੁਣੋ ਜੀ, ਪਹਿਲਾਂ ਮੈਨੂੰ ਧੀ ਕਹਿੰਦੇ ਸਨ ਪਰ ਹੁਣ ਕਈ ਕੁਝ ਹੋਰ ਆਖਦੇ, ਨਾ ਕੁਝ ਲੁੱਟਿਆ ਨਾ ਗਵਾਇਆ ਖਬਰੇ ਕਾਹਨੂੰ ਚੋਰ ਆਖਦੇ, ਜਿਨ੍ਹਾਂ ਦੀਆਂ ਮੈਂ ਮੰਗਾਂ ਖੈਰਾਂ ਉਹੀ ਬਦਲੀ ਚੋਰ ਆਖਦੇ, ਜੀ ਜੀ ਕਰਦੀ ਹਾਂ ਜਿਨ੍ਹਾਂ ਨੂੰ ਉਹ ਹੀ ਮੂੰਹ ਜ਼ੋਰ ਆਖਦੇ, ਕਿਉਂ ਨਾ ਜੰਮਦੀ ਹੀ ਮਰ ਗਈਏ, ਸਾਰੀਆਂ ਖੁਸ਼ੀਆਂ ਭੋਰ ਆਖਦੇ, ਮੈਂ ਤਾਂ ਡਰਦੀ ਸਾਹ ਨਾ ਕੱਢਾਂ ਚੜ੍ਹੀ ਇਸ਼ਕ ਦੀ ਲੋਰ ਆਖਦੇ, ਪੱਤ ਦੀ ਗੁੱਡੀ ਰਾਹਾਂ ਚੜ੍ਹਾਉਂਦੀ ਪਰ ਇਹ ਟੁੱਟੀ ਡੋਰ ਆਖਦੇ, ਬੇਜ਼ਬਾਨ ਕਿਸੇ ਜੀਵ ਵਾਂਗਰਾਂ ਸਾਰੀਆਂ ਗੱਲਾਂ ਚੁੱਪ ਕਰ ਸਹਿੰਦੀ, ਬੇਜ਼ਬਾਨ ਕਿਸੇ ਜੀਵ ਵਾਂਗਰਾਂ ਸਾਰੀਆਂ ਗੱਲਾਂ ਚੁੱਪ ਕਰ ਸਹਿੰਦੀ, ਹੱਸਣਾ ਤਾਂ ਕਿ ਲਵਾਂ ਨਾ ਹੌਕਾ ਅੰਦਰ ਵੜ ਕੇ ਮੈਂ ਰੋ ਪੈਂਦੀ, ਵੈਰੀਆਂ ਨੂੰ ਵੀ ਮਿਲਣ ਕਦੀ ਨਾ ਜਿਹੜੀਆਂ ਮੈਂ ਸਜਾਵਾਂ ਸਹਿੰਦੀ, ਕੌਣ ਮੇਰਾ ਕਿਸ ਮੇਰੀ ਸੋਨੀ ਵਾਂਗ ਪੱਥਰ ਚੁੱਪ ਵੱਟ ਕੇ ਬਹਿੰਦੀ। ਉਮੀਦ ਕਰਦਾ ਜੀ ਪਸੰਦ ਆਇਆ ਹੋਊ। ਸਤਿ ਸ਼੍ਰੀ ਅਕਾਲ।